ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਜਸ ਪਨੀਰ ਯੂਟਿਊਬ ਚੈਨਲ। ਸਾਰੇ ਵੀਰ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਦਿਉ। ਅੱਜ ਅਸੀਂ ਪੱਗ ਲੈ ਕੇ ਆਏ ਹਾਂ, ਦੂਜੇ ਬਟਾਂ ਵਾਲੀ ਪੱਗ, ਦੂਜੇ ਸਿਰ 'ਤੇ। ਪਹਿਲਾਂ ਅੱਖ ਲੜਾ ਅੱਖ 'ਤੇ ਰੱਖ ਕੇ, ਅੱਧੀ ਅੱਖ ਢੱਕ ਕੇ, ਅੱਧੀ ਗਲ ਢੱਕ ਕੇ ਲਗਾ ਦੇਣਾ, ਉੱਤੇ ਵੱਟ ਪਾ ਦੇਣੇ ਆ। ਦੂਜਾ ਲੜਾ ਆਪਾਂ ਨੇ ਉਸੇ ਤਰ੍ਹਾਂ ਉੱਪਰੋਂ ਲਿਆ ਕੇ ਉਹਦੇ ਚੰਗੀ ਤਰ੍ਹਾਂ ਵੱਟ ਪਾ ਕੇ ਲਗਾ ਦੇਣਾ। ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਉ ਵੀਰੇ। ਜੇ ਵੀਡੀਓ ਪਸੰਦ ਆ ਰਹੀ ਨਾ, ਲਾਈਕ ਜ਼ਰੂਰ ਕਰਿਓ, ਕਮੈਂਟ ਬਾਰ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ। ਉਸੇ ਤਰ੍ਹਾਂ ਅਗਲਾ ਲੜ ਉਹਨੂੰ ਵੀ ਚੰਗੀ ਤਰ੍ਹਾਂ ਲਾ ਕੇ ਇਹ ਲੜ ਆਪਾਂ ਸਾਫ਼ ਕਰਕੇ ਲਾਉਣਾ। ਇਹ ਨਵਾਂ ਤਰੀਕਾ ਹੈ, ਦੇਖਿਓ ਵੱਟ ਕਿੰਨੇ ਸੋਹਣੇ ਪੈਣਗੇ। ਅਤੇ ਉਸ ਤੋਂ ਅਗਲਾ ਲੜ ਫਿਰ ਉੱਦਾਂ ਹੀ ਥੱਲੇ ਬਰੀਕ ਰੱਖ ਕੇ ਥੋੜ੍ਹੇ ਵੱਟ ਪਾ ਕੇ ਲਗਾ ਦੇਣਾ ਹੈ। ਇਸ ਤਰ੍ਹਾਂ ਕਰਨ ਨਾਲ ਪੱਗ ਦੀ ਸੇਪ ਬਹੁਤ ਸੋਹਣੀ ਬਣ ਜਾਂਦੀ ਹੈ। ਅਤੇ ਉਸ ਤੋਂ ਬਾਅਦ ਹਲਕਾ ਜਿਹਾ ਮਗਰੋਂ ਦੱਬ ਕੇ ਅਗਲਾ ਲੜ ਉਸੇ ਤਰ੍ਹਾਂ ਆਪਾਂ ਸੈਮੀ ਪਟਿਆਲਾ ਸਾਈ ਪੱਗ ਆ ਇਹ ਵੱਟਾਂ ਵਾਲੀ, ਹਲਕੇ ਜਿਹੇ ਹੱਥ ਨਾਲ ਵੱਟ ਪਾ ਕੇ ਸਿੱਧਾ ਹੀ ਉਸਨੂੰ ਲਗਾ ਦੇਣਾ ਹੈ। ਜ਼ਿਆਦਾ ਕੁਛ ਕਰਨ ਦੀ ਲੋੜ ਨਹੀਂ। ਉਸ ਤੋਂ ਬਾਅਦ ਅਗਲਾ ਲੜ ਇਸ ਨੂੰ ਵੀ ਉਸੇ ਤਰ੍ਹਾਂ ਪਿੱਛੇ ਹਲਕਾ ਜਿਹਾ ਦੱਬ ਕੇ ਉੱਪਰੋਂ ਥੋੜ੍ਹਾ ਹਲਕਾ ਫੋਲਡ ਕਰਕੇ ਅੱਗਿਓਂ ਮੋੜ ਕੇ ਦੇਖੋ ਆਪਦੇ ਆਪ ਜਿੰਨੇ ਕੁ ਵੱਟ ਪਾਉਂਦੇ ਆ ਬੈਂਦੇ ਆਪਾਂ ਪਾ ਲੈਣੇ ਆ। ਉਸ ਤੋਂ ਬਾਅਦ ਦੱਸਾਂਗੇ ਵੀ ਕਿਸ ਤਰ੍ਹਾਂ ਵੱਟ ਲਾਸਟ ਤੱਕ ਪਾਉਣੇ ਆ। ਇਸੇ ਤਰ੍ਹਾਂ ਫਿਰ ਅਗਲਾ ਲੜ ਨਾਲ ਹੁੰਦੇ ਆਪਾਂ ਸੇਬ ਨੂੰ ਸੈੱਟ ਕਰ ਲੈਣਾ ਹੈ। ਫਿਰ ਬਾਅਦ ਦੇ ਨਾਲ ਆਪਾਂ ਆਹ ਦੇਖੋ ਜਿੱਦਾਂ ਵੀਰ ਵੀਡੀਓਜ਼ ਦੇਖ ਰਹੇ ਹਾਂ ਤੁਸੀਂ ਵੱਟ ਪੈ ਰਹੇ ਹਾਂ, ਉਸ ਤਰ੍ਹਾਂ ਆਵਾਜ਼ ਫੇਰ ਕੇ ਆਪਾਂ ਵੱਟਾਂ ਨੂੰ ਸਹੀ ਕਰ ਲੈਣਾ ਹੈ, ਵਲ ਪਾ ਲੈਣੇ ਆ। ਵਲ ਪਾਉਣ ਲਈ ਆਵਾਜ਼ ਨੂੰ ਹਲਕਾ ਹਲਕਾ ਆਪਾਂ ਪਿੱਛੇ ਨੂੰ ਫੇਰਨਾ ਹੈ। ਬਹੁਤ ਵੀਰ ਕਹਿੰਦੇ ਸੀ ਵੀ ਸਿੱਧੇ ਵਾਲਾਂ ਦੀ ਪੱਗ ਬੰਨ ਕੇ ਦਿਖਾਓ, ਇਸ ਕਰਕੇ ਇਹ ਵੀਡੀਓ ਅਸੀਂ ਅਪਲੋਡ ਕਰ ਰਹੇ ਹਾਂ। ਚੈਨਲ ਨੂੰ ਸਾਰੇ ਵੀਰ ਸਬਸਕ੍ਰਾਈਬ ਜ਼ਰੂਰ ਕਰੋ। ਫਿਰ ਲਾਸਟ ਲੜ ਥੋੜ੍ਹੇ ਜਿਹੇ ਵੱਟ ਪਾ ਕੇ ਉਸਨੂੰ ਅੱਗਿਓਂ ਘੁਮਾਉਣ ਦੀ ਲੋੜ ਨਹੀਂ ਹੈਗੀ, ਬਿਲਕੁਲ ਸਿੱਧਾ ਹੀ ਲਗਾ ਦੇਣਾ ਥੋੜ੍ਹਾ ਇਕੱਠਾ ਕਰਕੇ। ਬਾਕੀ ਜਿੱਥੋਂ ਲੱਗਦਾ ਹੈ ਆਵਾਜ਼ ਨਾ ਆਪਣਾ ਅੱਖ 'ਤੇ ਜ਼ਿਆਦਾ ਹੈ ਜਾਂ ਕਿਤੇ ਚੱਕੀ ਨਹੀਂ ਗਈ, ਉਹ ਆਵਾਜ਼ ਨਾਲ ਆਪਾਂ ਸੈੱਟ ਕਰ ਸਕਦੇ ਹਾਂ। ਉਸ ਤੋਂ ਬਾਅਦ ਜਦ ਆਪਾਂ ਸਿਰ ਢੱਕਣਾ ਹੈ ਪਹਿਲਾਂ ਉੱਪਰਲੇ ਪਿੱਛਿਆਂ 'ਚ ਆਵਾਜ਼ ਫੇਰ ਲੈਣਾ। ਸਿਰ ਢੱਕਣ ਲਈ ਜਿਹੜਾ ਪਹਿਲਾਂ ਲੜ ਲਗਾਇਆ ਸੀ ਉਹਨੂੰ ਉੱਪਰ ਖਿੱਚ ਲੈਣਾ ਹੈ। ਉੱਪਰ ਖਿੱਚ ਕੇ ਉਹਨੂੰ ਡਬਲ ਪੋ ਕਰਨ ਤੋਂ ਬਾਅਦ ਖੋਲ੍ਹ ਕੇ ਆਲੇ ਦੁਆਲੇ ਉਹਨੂੰ ਦੱਬਣਾ ਹੈ ਆਵਾਜ਼ ਦੀ ਸਹਾਇਤਾ ਨਾਲ। ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਕਿਸ ਤਰ੍ਹਾਂ ਵੀਰ ਕਰ ਰਹੇ ਆ। ਅਤੇ ਜਿਹੜੇ ਉੱਪਰਲੇ ਪਿੱਛਿਆਂ 'ਚ ਕੋਈ ਵਾਲਾ ਉਹਦੇ 'ਚ ਵੀ ਆਪਾਂ ਆਵਾਜ਼ ਫੇਰ ਲੈਣਾ ਹੈ।
ਤਕਰੀਬਨ 4 ਮਿੰਟ ਦਾ ਟਾਈਮ ਲੱਗਦਾ ਹੈ ਅਤੇ ਪੱਗ ਬੰਨ੍ਹ ਕੇ ਕੰਪਲੀਟ ਹੋ ਜਾਂਦੀ ਹੈ। ਇੱਕ ਵਾਰ ਫਿਰ ਬੇਨਤੀ ਹੈ ਵੀਰੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਉ। ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।